दोस्तों की हाल चाल आ, उम्मीद करते कि तुम सारे ठीक होवोगे। तो जिवें आप पहला वधिया वधिया अपडेट लैके आते रहे, उस तरह न्यू होलैंड छत्ती की बहुत ही सोहना तैयार किया हुआ भरा ने तो वीडियो लैके आए हैं। उम्मीद करते कि तुम्हें वीडियो वधिया लगेगी। वीडियो वधिया लगी तो लाइक शेयर कमेंट जरूर करो। चैनल पर कोई नवा भरा आया हो रही चैनल सबसक्राइब जरूर करे। तो बाकी जिन्ना भी सिस्टम का काम होया हुआ रामगढ़िया प्लैनेट बिले भाई वालों होया हुआ, तो अल्टीनेटर का लाइटिंग का काम मनु भाई के कोलों होया हुआ, तो पूरी डिटेल लेने मनु भाई भी अपने नाल ही आ। सत श्रीकाल भाजी। सत श्रीकाल जी। ਭਾਜੀ ਇੱਕ ਵਾਰੀ ਆਪਣਾ ਨਾਮ ਦੁਬਾਰਾ ਦੱਸ ਦਿਓ ਤੇ ਆਪਣੀ ਲੋਕੇਸ਼ਨ ਜ਼ਰੂਰ ਦੱਸੋ। ਮੇਰਾ ਨਾਮ ਭਾਜੀ ਮਨੂ ਆ, ਕੋਟਸੂਈ ਆਪਣੀ ਸ਼ਾਪ ਆ, ਯਾਰ ਇਲੈਕਟ੍ਰੀਸ਼ੀਅਨ ਆਪਣੀ ਸ਼ਾਪ ਦਾ ਨਾਮ ਹੈ। ਠੀਕ ਆ। ਤੇ ਮਗਰ ਜੋਤੀ ਭਾਜੀ। ਹਾਂਜੀ। ਤੇ ਅਟਵਾਲ ਭਾਜੀ। ਇਹ ਅਟਵਾਲ ਭਾਜੀ ਆਪਣੇ, ਇਹ ਆਪਣੀ ਜੀਤਾ ਭਾਜੀ ਆ। ਠੀਕ ਆ। ਤੇ ਬਾਕੀ ਹੁਣ ਆਪਾਂ ਟ੍ਰੇਟਰ ਦੀ ਜਿਹੜੀ ਮੋਡੀਫਿਕੇਸ਼ਨ ਆ ਉਹਦੀ ਡਿਟੇਲ ਦਿੰਨੇ ਆ ਤੇ ਨਾਲ ਦੀ ਨਾਲ ਰੇਟ ਦੱਸੀ ਜਾਂਦੇ। ਠੀਕ ਆ। ਮਨੂ ਭਾਜੀ ਸਭ ਤੋਂ ਪਹਿਲਾਂ ਸਾਨੂੰ ਵੰਪਰ ਦੀ ਇੱਕ ਵਾਰੀ ਲੈਂਥ ਦੱਸਿਓ ਕਿੰਨੀ ਲੈਂਥ ਆ ਇਹਦੀ। ਭਾਜੀ ਇਹਦੀ 62 ਇੰਚ ਲੈਂਥ ਹੈਗੀ ਆ। ਠੀਕ ਆ। ਤੇ ਕਲਰ ਜਿਹੜਾ ਹੋਇਆ ਕਾਫੀ ਵਧੀਆ ਹੋਇਆ ਹੋਇਆ, ਜਿਹਦਾ ਪੱਟੀ ਪੁੱਟੀ ਭਰ ਕੇ ਐਨ ਵਧੀਆ ਸ਼ਾਈਨ ਦੇ ਵਿੱਚ ਹੋਇਆ ਹੋਇਆ ਆ ਗਿਆ ਹੈ ਨਾ। ਲੈਕਰ ਮਾਰ ਕੇ ਕਰਾਇਆ ਹੈ। ਠੀਕ ਆ। ਹਾਂਜੀ ਹਾਂਜੀ। ਤੇ ਬਾਕੀ ਤੇ ਬੈਚਿੰਗ ਦੇ ਸਕਦੇ ਆ ਤੇ ਫਰੰਟ ਸਾਈਡ ਤੇ ਬੈਚਿੰਗ ਦੇ ਸਕਦੇ ਆ। ਤੇ ਕੀ ਵਜਨ ਕਿੰਨਾ ਕਾ ਭਾਜੀ ਇਹਦਾ? ਭਾਜੀ ਇਹ 1.5 ਕੁਇੰਟਲ ਦੇ ਨੇੜੇ ਹੋਣਾ ਆ। ਠੀਕ ਆ। ਹਾਂਜੀ ਹਾਂਜੀ। ਤੇ ਕੀ ਕਾਸਟ ਆਪਾਂ ਨੂੰ ਇਹਦੀ ਭਾਈ? ਇਹ ਉਦੋਂ 15,000 ਦਾ ਲੱਗਾ ਸੀਗਾ ਆਪਣੇ ਸ਼ਾਪ ਦੇ ਹੋ ਰਹੀ ਆ ਸ਼ਾਪ। ਠੀਕ ਆ। ਮਰਵਾਹ ਵਾਲੇ ਆ ਜਸਵੀਰ ਸਿੰਘ ਮਰਵਾਹ, ਉਹਨਾਂ ਦੀ ਸ਼ਾਪ ਤੋਂ ਲੱਗਾ। ਤੇ ਬਾਕੀ ਕੋਈ ਵੀ ਕੰਮ ਕਰਵਾਉਣਾ ਤੇ ਭਾਈ ਨੂੰ ਕੰਟੈਕਟ ਕਰ ਸਕਦੇ ਆ। ਨਾਲ ਦੀ ਨਾਲ ਵੀ ਜੇ ਮਤਲਬ ਲਾਈਟਿੰਗ ਦਾ ਅਲਟਰਨੇਟਰ ਦਾ ਕੰਮ ਹੋਣਾ ਉਹ ਤੱਕ ਬੰਪਰ ਵਗੈਰਾ ਵੀ ਬਣ ਜਾਂਦਾ ਹੈ ਨਾ। ਠੀਕ ਆ ਭਾਈ। ਠੀਕ ਆ। ਤੇ ਜਿਹੜੇ ਰੂਟਸ ਦੇ ਹੋਰ ਨਾ ਇਹ 1700 ਦੀ ਜੋੜੀ ਪੈ ਜਾਂਦੀ ਹੈ ਨਾ ਭਾਈ? 1700 ਦੀ ਜੋੜੀ ਆ ਭਾਈ। ਠੀਕ ਆ। ਤੇ ਲਾਈਟਿੰਗ ਦਾ ਕੰਮ ਜਿੱਦਾਂ ਇਹਦੇ ਵਿੱਚ ਆਪਾਂ ਕਾਫੀ ਕੀਤਾ ਹੋਇਆ, ਰਿਮੋਟ ਤੇ ਕੰਟਰੋਲ ਕੀਤਾ ਹੋਇਆ ਹੈ ਨਾ। ਤੇ ਆਮ ਤੌਰ ਤੇ ਸਿੰਗਲ ਕਲਰ ਹੀ ਚੱਲਦਾ ਹੁੰਦਾ ਜੇ ਆਪਾਂ ਲਗਵਾਈਏ, ਤੇ ਇਹਦੇ ਵਿੱਚ ਬਲਿੰਕ ਕਰਦੀਆਂ ਹਨਾ ਲਾਈਟਾਂ। ਤੇ ਇਹ ਭਾਈ ਲਾਈਟਾਂ ਦਾ ਆਪਾਂ ਨੂੰ ਕਿੰਨਾ ਖਰਚਾ ਆਈਦਾ? ਬਲਿੰਕਰਾਂ ਦਾ ਪੈ ਜਾਂਦਾ ਇਹਨਾਂ ਦਾ ਭਾਈ? ਵੱਖਰੇ ਵੱਖਰੇ ਰੇਟ ਆ। 2500 ਚ ਫਲੈਸ਼ਰ ਲਾ ਕੇ ਕਰਦੀ ਜਾ ਆ। ਅੱਛਾ ਜੀ। ਉਸ ਤੋਂ ਬਾਅਦ 3500 ਦਾ ਆ, ਜਿੱਦਾਂ ਜਿੱਦਾਂ ਪੈਸੇ ਵਧੀਆਂ ਦੇ ਲਾਸਟ 5500 ਤੱਕ ਹੋ ਜਾਂਦੀਆਂ। ਠੀਕ ਹੈ। ਇਹ ਜਿਹੜੀ ਇਹਦੇ ਵਿੱਚ ਹੋਈਆਂ 5500 ਵਾਲੀਆਂ ਹੋਈਆਂ ਆ। ਠੀਕ ਹੈ। ਇਹਦੇ ਨਾਲ ਕਈ ਕੁਝ ਜਿੱਦਾਂ ਫਿਟਿੰਗ ਵਧੀਆ ਕਰਨੀ ਪੈਂਦੀ ਆ, ਪਾਈਪਿੰਗ ਚ ਤਾਰਾਂ ਤੂਰਾਂ ਪਾ ਕੇ ਸਾਰਾ ਕੁਝ। ਠੀਕ ਹੈ। ਮਤਲਬ ਕੋਈ ਖਲਾਰਾ ਜਾਣਾ ਦੇ ਦੇ ਮਤਲਬ। ਖਲਾਰਾ ਜਾਣਾ ਪਤਾ ਨਾ ਲੱਗੇ ਤਾਰਾਂ ਦਾ ਕੋਈ, ਅੱਧੀ ਦੇਖ ਲਓ ਤੁਸੀਂ ਤਾਰਾਂ ਫਲੋਰ ਦੇ ਉੱਤੇ ਕੋਈ ਖਿਲਰੀ ਹੋਊਗੀ। ਹਾਂਜੀ 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 ਹਾਂਜੀ। ਤੇ ਥੱਲੇ 42 ਇੰਚ ਵਾਲੀ ਤੇ ਬਾਰ ਲੱਗੀ ਦੇ ਸਕਦੇ ਆ। ਇਹ ਭਾਈ ਉਹੀ 2000 ਦੇ ਏੜੇ ਗੇੜੇ ਦਾ 1700 ਦੀ ਆ ਹਨਾ। ਠੀਕ ਹੈ। ਤੇ ਜਿਹੜੇ 2 ਫੁੱਟ ਟਾਇਰ ਆਪਾਂ ਇਹਦੇ ਵਿੱਚ ਯੂਜ਼ ਕੀਤੇ ਭਾਈ, ਇਹ ਸਪੇਸਰ ਨਾਲ ਆਪਾਂ ਯੂਜ਼ ਕੀਤੇ ਆ ਹਨਾ, ਤੇ ਆਪਾਂ ਕਿਹੜਾ ਬ੍ਰਾਂਡ ਇਹਦੇ ਵਿੱਚ ਲਗਵਾਇਆ? ਇਹ ਭਾਈ MRL ਦਾ ਸੀਗਾ ਉਦੋਂ। ਠੀਕ ਹੈ। ਹਾਂਜੀ ਸਪੀਡਵੇਜ਼ ਦੇ ਆ ਹਨਾ। ਸਪੀਡਵੇਜ਼ ਦੇ। ਠੀਕ ਹੈ। ਤੇ ਕੀ ਕਾਸਟ ਆਪਾਂ ਨੂੰ ਇਹਨਾਂ ਦੀ ਪੈ ਜਾਂਦੀ ਜੇ ਪਾਉਣੇ ਹੋਣਗੇ? ਉਦੋਂ ਭਾਜੀ ਜਦੋਂ ਆਏ ਸੀਗੇ ਉਦੋਂ ਇਹ 42000 ਦੇ ਪਏ ਸੀਗੇ। ਠੀਕ ਹੈ। ਸਪੇਸਰ ਦੇ ਨਾਲ ਹੀ ਹਨਾ। ਸਪੇਸਰ ਦੇ ਨਾਲ ਹੀ। ਠੀਕ ਹੈ। 4-5000 ਦੇ ਸਪੇਸਰ ਹੀ ਨਿਕਲ ਜਾਂਦੇ। ਵੱਖਰੇ ਵੱਖਰੇ ਰੇਟ ਹੁਣ 32000 ਦੇ ਵੀ ਹੋ ਗਏ ਆ। ਹਾਂਜੀ। ਉਦੋਂ ਕੋਈ ਇਹ ਮਹਿੰਗੇ ਹੁੰਦੇ ਸੀਗੇ ਜਦੋਂ ਚੱਲੇ ਸੀਗੇ, ਟੈਰੇ ਕਾਫੀ ਜਿਹਾ 3 ਸਾਲ ਪੁਰਾਣੇ ਆ, 3-4 ਸਾਲ। ਠੀਕ ਹੈ ਭਾਜੀ। ਤੇ ਫਰੰਟ ਸਾਈਡ ਤੇ ਜਿਹੜੀ ਆ ਭਾਜੀ ਬੈਜਿੰਗ ਕੀਤੀ ਹੋਈ ਆ। ਹਾਂਜੀ। ਤੇ ਇਹ ਮਲਟੀ ਕਲਰ ਵਾਲੀ ਆ ਜਾਂ ਸਿੰਗਲ ਵਾਲੀ ਵਾਈਟ ਆ? ਡਬਲ ਆ ਹਨਾ। ਇੰਡੀਕੇਟਰ ਵੀ ਚੱਲਦਾ ਨਾਲ ਦੀ ਨਾਲ। ਤੇ ਇਹਦੀ ਕੀ ਕਾਸਟ ਪੈ ਜਾਂਦੀ ਆ? ਇਹ ਭਾਜੀ ਜਿਹੜੀ ਸਿੰਗਲ ਆ ਉਹ 1300 ਦੀ ਹੁੰਦੀ ਆ, ਜਿਹੜੀ ਡਬਲ ਆ ਉਹ 1600 ਦੀ ਹੁੰਦੀ ਆ। 1600 ਦੀ ਪੈਂਦੀ। ਬਾਕੀ ਕੁਆਲਿਟੀ ਦੇ ਸਿਰ ਤੇ ਜਿਹੜਾ ਪਟਾ ਵਿੱਚ ਵਧੀਆ ਘਟੀਆ ਯੂਜ਼ ਹੋ ਜਾਂਦਾ ਆ। ਹਾਂਜੀ। 900 ਤੋਂ ਸ਼ੁਰੂ ਹੋ ਜਾਂਦੀ ਆ ਉਹ ਤਾਂ। ਠੀਕ ਆ। ਤੇ ਇਦਾਂ ਹੋ ਜਾਂਦਾ ਕਿ ਕਈ ਬਾਅਦ ਵਿੱਚ ਜੇ ਪ੍ਰੋਬਲਮ ਆ ਜਾਂਦੀ ਆ ਨਾ ਜੇ ਸਸਤੀ ਵਾਲੀ ਤੁਸੀਂ ਲਗਵਾਈ ਜਾਂ। ਐਡ ਕੀਤੀ ਹੁੰਦੀ ਆ ਫੇ ਪਟਣੀ ਔਖੀ ਆ, ਮੁੜ ਕੇ ਪਲੇਟ ਖਰਾਬ ਹੁੰਦੀ ਆ ਅਗਲੇ ਦੀ ਜੇ ਸਸਤੀ ਲਾ ਦਈਏ। ਠੀਕ ਆ ਭਾਜੀ। ਤੇ ਜਿਹੜੀਆਂ ਲਾਈਟਾਂ ਆਪਾਂ ਹੈੱਡ ਲਾਈਟਾਂ ਕੀਤੀਆਂ ਭਾਜੀ, ਇਹ ਵੀ ਆਪਾਂ ਹੀ ਕੀਤੀਆਂ ਹੋਈਆਂ ਹਨਾ। ਤੇ ਲਾਈਟਿੰਗ ਦਾ ਕੰਮ ਤਕਰੀਬਨ ਆਪਣਾ ਹੀ ਹੋਇਆ। ਆਪਣਾ ਹੀ ਹੋਇਆ ਹਨਾ। ਤੇ ਇਹ ਜਿੱਦਾਂ ਇਹਨਾਂ ਦੀ ਲਾਈਟ ਤਾਂ ਨਹੀਂ ਇੰਨੀ ਹੈਗੀ ਹਨਾ, ਜਿੱਦਾਂ ਸਿਰਫ ਜਿੱਦਾਂ ਸ਼ੋਸ਼ ਆਇਆ ਵੀ ਸੋਹਣਾ ਲੱਗੇ। ਸੋਹਣਾ ਲੱਗੇ ਜੀ ਹਨਾ। ਹਾਂ, ਕਿਉਂਕਿ ਥੱਲੇ ਬਾਰ ਲੱਗੀ ਹੈ, ਲਾਈਟ ਦੀ ਵੈਸੇ ਲੋਡ ਵੀ ਨਹੀਂ ਪੈਂਦੀ ਹਨਾ। ਤੇ ਉੱਪਰ ਵੀ ਬਾਰ ਹੈਗੀ ਆ, ਥੱਲੇ ਵੀ ਹੈਗੀ ਆ। ਠੀਕ ਹੈ ਭਾਜੀ। ਤੇ ਕੀ ਕਾਸਟ ਆਪਾਂ ਨੂੰ ਇਹਨਾਂ ਦੀ ਪੈ ਜਾਂਦੀ ਭਾਜੀ? ਇਹ ਭਾਜੀ ਜਿਹੜੀ ਪਟੇ ਉਹੀ ਤੁਹਾਨੂੰ ਗੱਲ ਆ ਗਈ ਵੀ ਪਟੇ ਦੇ ਸਿਰ ਤੇ ਆ ਸਾਰੀ। ਅੱਛਾ ਜੀ। ਇਹ ਵਧੀਆ ਪਟੇ ਦੇ ਵਿੱਚ 2500 ਚ ਤਿਆਰ ਹੋਈਆਂ ਸੀਗੀਆਂ, ਜਿਹੜਾ ਆਮ ਉਦਾਂ 1800 ਦੀਆਂ ਸ਼ੁਰੂ ਕਰ ਦਿੱਤੀਆਂ ਆਪਾਂ 1800 ਤੋਂ ਲੈ। ਤੇ ਜਿਹੜਾ ਆ ਪ੍ਰੋਜੈਕਟਰ ਬਣਿਆ ਹੀ ਆਉਂਦਾ ਹਨਾ, ਇਦਾਂ ਸੈਟੀਆਂ ਦਾ ਹਨਾ, ਉਹ 4-5 100 ਦੀ ਰੇਂਜ ਦਾ ਹੁੰਦਾ ਇਹ। ਠੀਕ ਹੈ ਭਾਜੀ। ਤੇ ਮਤਲਬ 2500 ਦਾ ਦੋਵਾਂ ਦਾ ਖਰਚਾ ਆ ਇਹਨਾਂ ਦਾ ਪੈ ਜਾਂਦਾ ਹੈ। ਇਹਨਾਂ ਐਡ ਕਰਕੇ ਰਲੀਆਂ ਲਾ ਕੇ 2500 ਰੁਪਏ ਲੱਗ ਜਾਂਦਾ। ਠੀਕ ਹੈ ਭਾਜੀ। ਤੇ ਬਾਕੀ ਦੀ ਥੱਲੇ ਲਾਈਟਾਂ ਲੱਗੀਆਂ ਦੇ ਸਕਦੇ ਆ। ਤੇ ਬਹੁਤ ਹੀ ਵਧੀਆ ਪਿਆ ਹੁੰਦਾ ਥੱਲੇ ਇਹ ਲਾਈਟਾਂ। ਹਾਂਜੀ, ਕਿਉਂਕਿ ਇਦਾਂ ਆ ਜੇ ਇੱਕ ਦੋ ਲਾਵਾਂਗੇ ਉਹ ਮਜ਼ਾ ਨਹੀਂ ਆਉਂਦਾ, ਫਿਰ ਲਾਈਟ ਪੂਰੀ ਨਹੀਂ ਬਣਦੀ, ਤੇ ਇਹਦੇ ਨਾਲ ਪੂਰੀ ਲਾਈਟ ਜਿਹੜੀ ਆ ਬਣੀ ਰਹਿੰਦੀ ਆ ਹਨਾ। ਠੀਕ ਹੈ ਭਾਈ। ਤੇ ਬਾਕੀ ਜਿੱਦਾਂ ਜੋਤੀ ਭਾਈ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਦਾਂ ਕੋਈ ਆਪਾਂ ਇੰਜਣ ਦੇ ਵਿੱਚ ਵੀ ਇਹਦੇ ਚੇਂਜ ਕੀਤਾ ਜਾਂ ਮਤਲਬ ਨਾਰਮਲੀ ਰੱਖਿਆ ਆਪਾਂ?
ਕੀ ਚੇਂਜ ਕੀਤਾ ਆਪਾਂ ਇੰਜਨ ਦੇ? ਇਹਦੀ ਆਪਾਂ ਕੈਮ ਚੇਂਜ ਕੀਤੀ ਆ। ਅੱਛਾ ਜੀ, ਸੈਟਿੰਗ ਕਰਾਈ ਆ ਭਾਜੀ। ਠੀਕ ਆ, ਤੇ ਉਹਦੇ ਨਾਲ ਕੀ ਫਰਕ ਪੈ ਜਾਂਦਾ ਭਾਜੀ? ਭਾਜੀ ਬਹੁਤ ਫਰਕ ਪੈ ਜਾਂਦਾ ਆ। ਜੋਰੂ ਫਰਕ ਪੈ ਜਾਂਦਾ ਕੇਵ ਨਾਲ ਭਾਜੀ, 5 ਹਾਰਸ ਪਾਵਰ ਦਾ ਫਰਕ ਪੈ ਜਾਂਦਾ ਤਕਰੀਬਨ। ਤੇਲ ਨੂੰ ਵੀ ਫਰਕ ਪੈਂਦਾ, ਤੇਲ ਘੱਟ ਖਾਣ ਲੱਗ ਪੈਂਦਾ। ਠੀਕ ਹੈ ਭਾਜੀ, ਠੀਕ ਹੈ। ਤੇ ਇਦਾਂ ਆ ਵੀ ਜੇ ਮਤਲਬ ਆਪਾਂ ਉਦਾਂ ਓਵਰ ਚਲਾਉਨੇ ਆ ਫਿਰ ਤੇਲ ਜ਼ਿਆਦਾ ਖਾਂਦਾ ਆ, ਇਦਾਂ ਥੋੜਾ ਟ੍ਰੇਟਰ ਸੌਖਾ ਚੱਲੂਗਾ, ਤੇਲ ਘੱਟ ਖਾਂਦਾ। ਤਕਰੀਬਨ 100% ਭਾਜੀ, ਜਿਹੜੇ ਜਿਹੜੇ ਸਪੈਸ਼ਲ ਐਡੀਸ਼ਨ 36 ਦੀ ਆ, ਸਾਰਿਆਂ ਦੀਆਂ ਕੀਮਾਂ ਚੇਂਜ ਹੋਈਆਂ ਹੁੰਦੀਆਂ। ਠੀਕ ਹੈ, ਤੇ ਇੱਕ ਆਪਾਂ ਇਹਦੇ ਵਿੱਚ ਸੀਟੀ ਐਡ ਕੀਤੀ ਆ ਹਨਾ? ਹਾਂਜੀ ਹਾਂਜੀ, ਸੀਟੀ ਦਾ ਅੱਜਕੱਲ ਬਹੁਤ ਕਰੇਜ਼ ਆ। ਹਾਂਜੀ, ਤੇ ਉਹਦਾ ਭਾਜੀ ਕੀ ਖਰਚਾ ਪੈ ਜਾਂਦਾ ਸੀਟੀ ਦਾ? ਉਹ ਹੀ ਭਾਜੀ 2500 ਖਰਚਾ ਆਇਆ ਦਾ, ਇਹ ਕੁਲਜੀਤ ਭਾਜੀ ਕੋਲੋਂ ਬਣਾਈ ਸੀਗੀ। ਠੀਕ ਹੈ, ਤੇ ਆਪਣੇ ਏਰੀਆ 'ਚ ਕਾਫੀ ਮਸ਼ਹੂਰ ਆ ਭਾਜੀ, ਤੇ ਬਹੁਤ ਪਹਿਲਾਂ ਲਾਉਣੀਆਂ ਉਹਨਾਂ ਨੇ ਸ਼ੁਰੂ ਕੀਤੀਆਂ ਹਨਾ? ਹਾਂਜੀ ਹਾਂਜੀ ਹਾਂਜੀ, ਠੀਕ ਹੈ ਭਾਜੀ। ਤੇ ਇਦਾਂ ਨਹੀਂ ਹੋ ਜਾਂਦਾ ਕਿ ਜ਼ਰੂਰੀ ਨਹੀਂ ਆ ਟਰਬੋ ਦੇ ਨਾਲ ਸੀਟੀ ਦੀ ਆਵਾਜ਼ ਆਵੇ, ਸੀਟੀ ਵੱਖਰੀ ਲੱਗੂਗੀ ਫਿਰ ਮਜ਼ਾ ਜ਼ਿਆਦਾ ਆਉਂਦਾ ਹਨਾ, ਕਿਉਂਕਿ ਟਰਬੋ ਦੀ ਜਿਹੜੀ ਸਾਊਂਡ ਆ ਥੋੜੀ ਘੱਟ ਹੁੰਦੀ ਆ, ਫਿਰ ਵੀ ਇੰਨਾ ਜ਼ਿਆਦਾ ਮਤਲਬ ਨਹੀਂ ਆਵਾਜ਼ ਆਉਂਦੀ ਹਨਾ। ਤੇ ਬਾਕੀ ਆਪਾਂ ਤੁਹਾਨੂੰ ਸ਼ਾਰਟ ਜ਼ਰੂਰ ਐਡ ਕਰਾਂਗੇ ਤੇ ਤੁਸੀਂ ਸ਼ਾਰਟ ਵੀ ਚੈੱਕ ਕਰ ਸਕਦੇ ਆ। ਤੇ ਭਾਜੀ ਦਾ ਅਲਟਰਨੇਟਰ ਆਪਾਂ ਸਿਸਟਮ ਵਧੀਆ ਯੂਜ਼ ਕੀਤਾ, ਇਹਦੇ ਵਿੱਚ ਆਪਾਂ ਬੈਟਰੀ ਤੇ ਅਲਟਰਨੇਟਰ ਵੀ ਚੇਂਜ ਕੀਤਾ। ਹਾਂਜੀ ਹਾਂਜੀ ਹਾਂਜੀ, ਬੈਟਰੀਆਂ ਡਬਲ ਕੀਤੀ ਆ ਭਾਜੀ। ਠੀਕ ਹੈ, ਕੋਈ 100 ਐਂਪੀਅਰ ਦੀਆਂ ਬੈਟਰੀਆਂ ਆ। ਠੀਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਬੰਦਾ ਅਗਲਾ ਹੁਣ 4 ਆ 6 8 ਜਿੰਨੇ ਮਰਜ਼ੀ ਲਾ ਦੇਵੇ, ਹੁਣ ਅਗਲੇ ਨੂੰ ਫਰਕ ਨਹੀਂ ਆਉਣਾ, ਮੇਰੇ ਗੱਲ ਨੂੰ ਆਉਣਾ ਪਊਗਾ ਅਗਲੇ ਨੂੰ। ਹਾਂਜੀ, ਅਲਟਰਨੇਟਰ ਵੀ ਵੱਡਾ ਐਡ ਕੀਤਾ ਆ, 125 ਐਂਪੀਅਰ ਦਾ ਆ ਇਹਦੇ ਵਿੱਚ। ਠੀਕ ਹੈ, ਹਾਂਜੀ। ਤੇ ਕੀ ਖਰਚਾ ਜਿੱਦਾਂ ਬੈਟਰੀ ਦਾ, ਆਪਾਂ ਨੂੰ ਕਿੰਨਾ ਕੁ 100 ਐਂਪੀਅਰ ਵਾਲੀ ਦਾ ਖਰਚਾ ਪੈਂਦਾ? ਜਿਹੜੀ ਪੁਰਾਣੀ ਬੈਟਰੀ ਤਾਂ ਹੁੰਦੀ ਨਹੀਂ, ਅਗਲੇ ਕੋ ਜਦੋਂ ਨਾਲ ਐਡ ਕਰਨੀ ਆ। ਹਾਂਜੀ, ਤਕਰੀਬਨ 9000 ਦੀ ਬੈਟਰੀ ਪੈਂਦੀ ਜਿਹੜੀ ਐਕਸਪ੍ਰੈਸ ਮਾਡਲ ਆ। ਠੀਕ ਹੈ, 100 ਐਂਪੀਅਰ ਦੀ। ਤੇ ਜਿਹੜਾ ਅਲਟਰਨੇਟਰ ਆਪਾਂ ਐਡ ਕੀਤਾ ਇਹ ਚ? ਅਲਟਰਨੇਟਰ ਜਿਹੜਾ ਹੈ ਉਹ ਭਾਜੀ 8800 ਦਾ ਅੰਦਾਜ਼ਾ ਲੱਗਾ ਸੀਗਾ ਇਹਨੂੰ। ਠੀਕ ਹੈ, ਕਿਉਂਕਿ ਅਲਟਰਨੇਟਰ ਦੇ ਸਿਰ ਤੇ ਆ ਜੇ ਬਾਲੇ ਖਰਾਬ ਜਾਂ ਲਈ ਇੱਕ ਵਾਰੀਆਂ ਦੇ ਆਪਾਂ, ਹਾਂਜੀ, ਸਸਤਾ ਮਿਲ ਜਾਂਦਾ, ਰਿਪੇਅਰ ਹੋਏ ਸਸਤੇ ਹੁੰਦੇ ਆ। ਠੀਕ ਹੈ, ਅਗਲਾ ਖਰਾਬ ਹੁੰਦਾ ਹੈ ਬਾਰ ਬਾਰ। ਇੱਕ ਵਾਰੀ ਆ ਨਵੇਂ ਯਾਰ ਦਾ ਬ੍ਰਾਂਡ ਨਿਊ ਪੀਸ ਸੀਗਾ, ਨਵੀਂ ਗੱਡੀ ਐਕਸੀਡੈਂਟ ਹੋਈ ਸੀ ਉਹਦਾ ਲੱਗਾ ਸੀ। ਠੀਕ ਹੈ ਭਾਜੀ, ਠੀਕ ਆ। ਤੇ ਬਾਕੀ ਹੋਰ ਕੋਈ ਡਿਟੇਲ ਤੁਸੀਂ ਅਲਟਰਨੇਟਰ ਦੀ ਲੈਣੀ ਹੋਵੇ ਤਾਂ ਆਪਾਂ ਭਾਈ ਦਾ ਨੰਬਰ ਜਿਹੜਾ ਕੰਟੈਕਟ ਨੰਬਰ ਉਹ ਸਕਰੀਨ ਦੇ ਉੱਪਰ ਐਡ ਕਰ ਦਾਂਗੇ, ਤੇ ਬਾਕੀ ਤੇ ਵੀਡੀਓ ਵੀ ਪੁਰਾਣੀ ਜਾ ਕੇ ਦੇਖ ਸਕਦੇ ਹੋ, ਉਹਦੇ ਵਿੱਚ ਪੂਰੀ ਡਿਟੇਲ ਦਿੱਤੀ ਹੋਈ ਹੈ ਅਲਟਰਨੇਟਰ ਦੇ ਬਾਰੇ। ਬਾਕੀ ਅਲਟਰਨੇਟਰ ਦੀ ਫਿਟਿੰਗ ਤੁਸੀਂ ਦੇਖ ਸਕਦੇ ਹਾਂ, ਬਿਲਕੁਲ ਨਾਲ ਮੈਚ ਇਹ 'ਚ ਭਾਜੀ। ਇੱਦਾਂ ਹੋ ਜਾਂਦਾ ਜਿੱਦਾਂ ਹੁਣ ਆਪਾਂ ਕਵਰ ਵਗੈਰਾ ਵੀ ਯੂਜ਼ ਕੀਤਾ ਆ ਨਾਲ, ਹੈ ਨਾ, ਲੱਗੇ ਵੀ ਅਗਲੇ ਨੂੰ ਫਿਟਿੰਗ ਕਿੱਦਾਂ ਫਿਟਿੰਗ ਦੁਬਾਰਾ ਹੋਈ ਹੈ ਨਾ, ਕੋਈ ਕਹਿ ਨਹੀਂ ਸਕਦਾ ਜਾਂਦੇ ਟ੍ਰੇਟਰ ਨੂੰ ਦੇਖ ਕੇ ਵੀ ਦੁਬਾਰਾ ਅਲਟਰਨੇਟਰ ਲੱਗਾ ਹੋਇਆ ਜਾ ਕਿਵੇਂ ਆ, ਹੈ ਨਾ। ਤੇ ਬਾਕੀ ਬੈਟਿੰਗ ਵੀ ਦੇਖ ਸਕਦੇ, ਰੱਖੀ ਆ ਇੱਕ ਸਾਈਡ ਤੇ ਇਹਦੀ ਭਾਜੀ। ਠੀਕ ਹੈ, ਦੋਨੋਂ 100-100 ਦੀਆਂ ਹੈ ਨਾ ਭਾਜੀ, 100-100 ਐਂਪੀਅਰ ਦੀ। ਇੱਕ ਅੰਦਰ ਹੀ ਲੱਗੀ ਆ ਤੇ ਇੱਕ ਇਧਰਲੀ ਸਾਈਡ ਤੇ ਤੁਸੀਂ ਪਲੇਸਮੈਂਟ ਦੇ ਸਕਦੇ ਆ। ਤੇ ਇਹ ਭਾਜੀ ਦਾ ਮਤਲਬ ਇਹਦਾ ਵੀ ਆਪਾਂ ਜਿਹੜਾ ਜਿਗਾੜ ਤਾਂ ਨਹੀਂ ਕੀਤਾ ਕੋਈ ਵੀ ਜਾਂ ਮਤਲਬ ਐਨ ਵਧੀਆ ਫਿਟਿੰਗ ਦੇਖ ਸਕਦੇ ਆ, ਤਾਰਾਂ ਦਾ ਪਤਾ ਨਹੀਂ ਲੱਗੂਗਾ ਭਾਜੀ ਜੇ ਇਹਨੂੰ ਟੱਪਾ ਲੱਗਦਾ, ਓਰੀਜਨਲ ਟੱਪਾ। ਹਾਂ, ਇੱਕ ਆਮ ਟੱਪੇ ਬਣਾਈ ਦੇ ਹੈਵੀ ਜਿਹਾ ਬਣਾਇਆ ਸੀਗਾ। ਠੀਕ ਹੈ ਭਾਜੀ, ਖਰਚੇ ਦਾ 4000 ਰੁਪਈਆ ਆ ਗਿਆ ਸੀ ਉਹ ਉਹਨਾਂ ਕੋਲ, ਜਿਹੜੇ ਸਤਨ ਦੱਸੇ ਜਸਵੀਰ ਸਿੰਘ ਹੁਣੀਆਂ ਉਹਨਾਂ ਕੋਲ ਬਣਾਇਆ ਸੀਗਾ। ਠੀਕ ਹੈ ਭਾਜੀ, ਠੀਕ ਹੈ। ਤੇ ਬਾਕੀ ਇਧਰ ਵੀ ਟੈਂਕ ਲੱਗਾ ਦੇਖ ਸਕਦੇ, ਇਹਦੀ ਵੀ ਫਿਟਿੰਗ ਜਿਹੜੀ ਹੈ ਵਧੀਆ ਥਾਂ ਤੇ ਕੀਤੀ ਹੋਈ ਆ, ਤੇ ਉਹਦਾ ਆਮ ਤੌਰ ਤੇ ਬਾਹਰਲੀ ਸਾਈਡ ਲੱਗਾ ਹੁੰਦਾ ਹੈ, ਉਹ ਥੋੜਾ ਚੰਗਾ ਲੱਗਦਾ, ਇੱਥੇ ਜਿਹੜੀ ਫਿਟਿੰਗ ਹੈ ਥੋੜੀ ਓਲੇ ਜਿਹਾ ਹੋ ਜਾਂਦਾ ਜਿੱਦਾਂ ਇਹ। ਹਾਂ, ਤੇ ਬਾਕੀ ਹੁਣ ਆਪਾਂ ਸਿਸਟਮ ਵਾਲੇ ਚੱਲਦੇ ਆ, ਤੇ ਹੈਂਡਲ ਤੁਸੀਂ ਦੇਖ ਸਕਦੇ ਕ੍ਰੋਮ ਵਾਲੇ ਲੱਗੇ ਹੋਏ ਇਹਦੇ ਵਿੱਚ। ਤੇ ਸਿਸਟਮ ਵਿੱਚ ਭਾਜੀ ਆਪਾਂ 12-11-4 ਸਬਵੂਫਰ ਯੂਜ਼ ਕੀਤੇ ਆ ਨਾ, ਤੇ ਪਾਈਨਰ ਦੇ ਓਵਲ ਯੂਜ਼ ਕੀਤੇ ਆ, ਤੇ ਜਿੰਨਾ ਵੀ ਸਿਸਟਮ ਲੱਗਾਇਆ ਤੇ ਰੂਫ ਵਿੱਚੋਂ ਚੇਂਜ ਕੀਤਾ ਆਪਾਂ, ਹੈ ਨਾ। ਇਹ ਬਿੱਲੇ ਭਾਜੀ ਵੱਲੋਂ ਹੋਇਆ ਰਾਮਗੜੀਆ ਪਲੈਨਰ ਤੋਂ, ਹੈ ਨਾ। ਠੀਕ ਹੈ, ਤੇ ਫਿਟਿੰਗ ਤੁਸੀਂ ਦੇਖ ਸਕਦੇ ਆ। ਫਿਟਿੰਗ ਮੈਂ ਵਾਰ ਵਾਰ ਦੱਸਦਾ ਹਾਂ ਕਿ ਭਾਈ ਦੀ ਫਿਟਿੰਗ ਜਿਹੜੀ ਹੈ ਬਹੁਤ ਵਧੀਆ ਆ, ਕੋਈ ਖਲਾਰਾ ਨਹੀਂ ਭਾਈ। ਇਹਦਾ ਕੰਮ ਸਾਨੂੰ ਵਧੀਆ ਬਹੁਤ ਲੱਗਦਾ ਬਿੱਲੇ ਦਾ। ਹਾਂਜੀ, ਕੰਮ ਦਾ ਹੋਰ, ਚਲੋ ਸਾਰੇ ਭਰਾ ਵਧੀਆ ਕੰਮ ਕਰਦੇ ਆ, ਪਰ ਜਿਹਦਾ ਬਿੱਲੇ ਦਾ ਕੰਮ ਸਾਨੂੰ ਫਿਟਿੰਗ ਦੇ ਪੱਖੋਂ ਬਹੁਤ ਵਧੀਆ ਲੱਗਦਾ। ਹਾਂਜੀ, ਤੇ ਇੱਕ ਭਾਈ ਸਬਵੂਫਰਾਂ ਦਾ ਬਹੁਤ ਫਰਕ ਆ। ਹਾਂਜੀ ਹਾਂਜੀ, ਮੈਂ ਆਮ ਵੀ ਮਤਲਬ ਸਿਸਟਮ ਬਾਈ ਦਾ ਦੇਖਿਆ ਹੈ, ਪਰ ਇਹ ਸਿਸਟਮ ਵੀ ਬਾਈ ਦਾ ਦੇਖਦੇ ਆ। ਉਹ ਵੀ ਦੇਖ ਲਓ ਵੀ ਪੇਟੀ ਦੀ ਐਨ ਪੂਰੀ ਜਿੰਨੀ ਵੀ ਦਿੱਤੀ ਉਹ ਸਹੀ ਸਿੱਧੀ ਲਾਈ ਉਸ। ਹਾਂਜੀ ਹਾਂਜੀ, ਸਟ੍ਰੇਟ ਲੱਗੀ ਹੋਈ ਆ। ਆਮ ਤੌਰ ਤੇ ਕਈ ਭਰਾ ਐਂਗਲ ਦੇ ਹਿਸਾਬ ਨਾਲ ਕੱਸ ਦਿੰਦੇ ਆ, ਉਹ ਚੰਗੀ ਨਹੀਂ ਲੱਗਦੀ ਲੱਗੀ ਹੋਈ। ਸਟ੍ਰੇਟ ਟੇਡਾ ਜਿਹਾ ਲੱਗਦਾ ਜਿਹਦਾ ਡਿਗਿਆ ਜਾਂ ਹੁੰਦਾ। ਹਾਂਜੀ ਹਾਂਜੀ, ਤੇ ਬਾਕੀ ਦੀ ਫਿਟਿੰਗ ਦੇ ਸਕਦੇ, ਬਹੁਤ ਹੀ ਘੈਂਟ ਆ। ਤੇ ਆਪਾਂ ਹੁਣ ਮਗਰਲੀ ਸਾਈਡ ਤੇ ਦਿਖਾਉਂਦੇ ਭਾਜੀ ਦਾ ਸਬਵੂਫਰਾਂ ਲਈ ਆਪਾਂ ਮੋਨੋ ਕਿਹੜਾ ਕਿਹੜਾ ਇਹਦੇ ਯੂਜ਼ ਕੀਤਾ ਭਾਜੀ? ਇੰਟਰਫੇਅਰ ਦੇ ਯੂਜ਼ ਹੋਏ ਇਹਦੇ ਵਿੱਚ, ਦੋਵੇਂ 4000 ਵਾਟ ਦੇ। ਠੀਕ ਆ, ਸਾਊਂਡ ਬੈਰੀਅਰ ਦਾ 4 ਚੈਨਲ ਲੱਗਾ ਹੋਇਆ ਇਹਦੇ ਵਿੱਚ। ਠੀਕ ਹੈ ਭਾਜੀ, ਹਾਂਜੀ ਹਾਂਜੀ। ਇਹ ਸੰਤਾਂ ਦੀ ਫੋਟੋ ਵਾਲਾ ਆਪਾਂ, ਇਹ ਜਿਹੜੀ ਫੋਟੋ ਹੈ ਜੇ, ਇਹ ਖਾਸੀਅਤ ਆ ਵੀ ਦਿਨ ਨੂੰ ਵੀ ਇਦਾਂ ਚਮਕਦੀ ਆ। ਠੀਕ ਹੈ, ਰਾਤ ਨੂੰ ਵੀ ਜਦੋਂ ਲਾਈਟਾਂ ਜਗਦੀਆਂ ਭਾਜੀ ਪੂਰੀ ਪ੍ਰੋਪਰ ਲਾਈਟ ਚਮਕਦੀ। ਠੀਕ ਹੈ ਭਾਜੀ, ਤਾਂ ਮਗਰ ਆਪਾਂ ਇਹਦੇ ਬੈਚਿੰਗ ਜਿਹੜੀ ਕੀਤੀ ਹੋਈ ਆ ਉਹ ਵੀ ਜਿੱਦਾਂ ਲਾਈਟਿੰਗ ਵਾਲੀ ਆ? ਹਾਂਜੀ, ਉਹ ਵੀ ਲਾਈਟਿੰਗ ਵਾਲੀ ਆ ਭਾਜੀ। ਠੀਕ ਹੈ, ਹਾਂਜੀ। ਉਹ ਫਿਰ ਲੋਏ ਮੁੰਡੇ ਦੀ ਜਿਹਦਾ ਗੋਤ ਆ ਉਹਦੇ ਕਰਕੇ ਫਿਰ ਇੱਥੇ ਐਡ ਕਰ ਦਿੱਤੀ ਆ। ਠੀਕ ਹੈ ਭਾਜੀ, ਤੇ ਵੈਸੇ ਵੀ ਜਿਹਦਾ ਵਧੀਆ ਫਿਟਿੰਗ ਹੋਈ ਆ ਉਹਦਾ ਆਮ ਤੌਰ ਤੇ ਬਾਹਰ ਲੱਗਦੀ ਆ, ਪੇਟੀ ਦੇ ਵਿੱਚ ਵਿੱਚ ਜਿਹੜੀ ਆ ਇਹ ਚੀਜ਼ ਸੋਹਣੀ ਲੱਗਦੀ ਲੱਗੀ ਹੋਈ ਆ। ਦੱਸਿਆ ਵੀ ਬਿੱਲਾ ਫਿਟਿੰਗ ਇਸ ਹਿਸਾਬ ਨਾਲ ਕਰਦਾ,
ਮਤਲਬ ਵੀ ਰੂੜਾ ਥੱਲੇ ਲੱਗੀ ਹੁੰਦੀ ਆਮ ਤੌਰ ਤੇ ਹਨਾ ਐਡਾ ਕੋਈ ਚੱਕਰ ਨਹੀਂ ਪੈ ਜਾਂਦਾ ਹਨਾ ਸਾਰੇ ਤਕਰੀਬਨ ਬਾਹਰੇ ਲੱਗੀਆਂ ਹੁੰਦੀਆਂ ਛਤਰੀ ਦੇ ਠੀਕ ਆ ਤੇ ਉੱਪਰ ਜਿਹੜੀ ਬਾਰ ਲੱਗੀ ਹੋਈ ਹੈ 32 ਇੰਚ ਵਾਲੀ ਆ ਨਾ ਭਾਜੀ ਨਹੀਂ 41 ਇੰਚ ਵਾਲੀ ਉਹ 41 ਵਾਲੀ ਆ ਹਾਂਜੀ ਹਾਂਜੀ ਠੀਕ ਆ 41 ਇਹ ਜਿਹੜਾ ਫੁੱਟ ਦਾ ਤੇ ਇਹਦਾ ਇੱਕੋ ਸਾਈਜ਼ ਹੁੰਦਾ ਆ ਠੀਕ ਆ ਭਾਜੀ ਇਹ ਵੀ 41 ਇੰਚ ਹੁੰਦੀ ਆ ਉੱਪਰਲੀ ਵੀ 41 ਇੰਚ ਹੁੰਦੀ ਠੀਕ ਆ ਤੇ ਇਹ ਹੋਈ 17-1800 ਦੀ ਹੈ ਭਾਜੀ ਹਾਂਜੀ ਹੈਨਾ ਠੀਕ ਆ ਭਾਈ ਤੇ ਬਾਕੀ ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਗੇ ਨਵੇਂ ਅਪਡੇਟ ਤੁਹਾਡੇ ਲਈ ਆਉਂਦੇ ਰਹਿਣਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇੰਸਟਾਗ੍ਰਾਮ ਦੀ ਆਈਡੀ ਜਿਹੜੀ ਆਪਾਂ ਸਕਰੀਨ ਦੇ ਉੱਪਰ ਤੁਹਾਨੂੰ ਐਡ ਕਰ ਦਾਂਗੇ ਤੇ ਕੰਟੈਕਟ ਨੰਬਰ ਭਾਈ ਦਾ ਆਪਾਂ ਉਹ ਵੀ ਸਕਰੀਨ ਦੇ ਉੱਪਰ ਐਡ ਕਰ ਦਾਂਗੇ ਤੇ ਐਨਸੀਐਸ ਦਾ ਮਿਊਜ਼ਿਕ ਇੰਜੋਏ ਕਰੋ ਪੰਜਾਬੀ ਵਰਜ਼ਨ ਲਈ ਮੇਰੇ ਇੰਸਟਾਗ੍ਰਾਮ ਅਕਾਊਂਟ ਤੇ ਜਾ ਕੇ ਤੇ ਵੀਡੀਓ ਦੇਖ ਸਕਦੇ ਆ ਥੈਂਕ ਯੂ ਜੀ।